ਕੈਂਚੀਆਂ ਤਾਮਕੋਟ ਬੁਰਜ ਬਾ ਹੋਟਲ ਵਾਲੇ ਪੀਰਗੋੜ ਸੂਚ ਡਿੱਖ ਟੱਡੇ ਮੰਡੀ ਕਲਾ ਰਾਮਪੁਰ ਆਇਓ ਆਇਓ ਚੱਲਿਆ ਬਈ ਨੌਨ ਸਟਾਪ ਨੌਨ ਸਟਾਪ ਉਹ ਕਿਵੇਂ ਆ ਟਾਇਰ ਟੂਰ ਚੈੱਕ ਕਰ ਲਾ ਠੀਕ ਆ ਜਮਾ ਹਵਾ ਓਕੇ ਆ ਹਾਂ ਹਾਂ ਜਮਾ ਓਕੇ ਬਾ ਠੀਕ ਆ ਤਿਆਰ ਰੱਖ ਆਇਓ ਬਈ ਕੋਟ ਸਿੰਘ ਬੋਹਾ ਬਰਨਾਲਾ ਕੱਪੇ ਕਮਲ ਐ ਬੱਸ ਕਿੱਧਰ ਜਾਂਦੀ ਆ ਭਾਈ ਨਾਣਾ ਦੇਵੀ ਚੱਲੀ ਆ ਲੈ ਬੋਰ ਤਾਂ ਬੁਰਜ ਟੱਲਣਾ ਦਾ ਲਾ ਰੱਖਿਆਗਾ ਤੇ ਫੇਰ ਮਾਤਾ ਤੈਨੂੰ ਪਤਾ ਨਹੀਂ ਵੀ ਬੁਰਜ ਟੱਲਮੇ ਜਾਣੀ ਆ ਲੈ ਫੇ ਤੂੰ ਤਾਂ ਹੋਰ ਹੀ ਕੁਝ ਬੋਲੀ ਜਾਣਾਗਾ ਕਿ ਉੱਥੇ ਜਾਣੀ ਆ ਕਿ ਪਾਰ ਮੋਚਣਾ ਕੀ ਬੋਲਤਾ ਮੈਂ ਬਾਲਾ ਬੋਲਦਾ ਭਾਈ ਤੂੰ ਚੱਲ ਚੰਗਾ ਚੜ ਜਾ ਉਹੀ ਬੋਲੀ ਜਾਂਦਾਗਾ ਓ ਹਾਂ ਬਈ ਸੇਤੀ ਆਇਆ ਕਰਾ ਮਿੰਟ ਦੋ ਹੀ ਰਹਿ ਗਏ ਠੀਕ ਆ ਠੀਕ ਆ ਓ ਕੋਟ ਸਿੰਘ ਬੋਹਾ ਬਰਨਾਲਾ ਕੁੱਬੇ ਕਮਾਲੂ ਤਿੰਗੜ ਪੁੰਦੜ ਓ ਆਇਓ ਬਈ ਸੇਤੀ ਆਇਓ ਸੇਤੀ ਚੱਲੀ ਆ ਫੇਰ ਨਾ ਆਖਿਓ ਆਇਓ ਆਇਓ ਬਈ ਕੋਟ ਸਿੰਘ ਬੋਹਾ ਬਰਨਾਲਾ ਕੁੱਬੇ ਕਮਾਲੂ ਚਲੋ ਬਈ ਚਲੋ ਓ ਹਲੋ ਹਲੋ ਕਿੱਥੇ ਚੱਲਿਓ ਜਿੱਥੇ ਮੇਰੀ ਮਾਸੀ ਵੇਹੀ ਆ ਓ ਮੈਂ ਕਿਹੜਾ ਤੇਰੀ ਮਾਸੀ ਦੇ ਵਿਆਹ ਚ ਫੋਟੋਆਂ ਖਿੱਚੀਆਂ ਸੀ ਮੈਨੂੰ ਤਾਂ ਪਤਾ ਇਹਦੇ ਸਕੂਲ ਚ ਰਹਿਣਾ ਓ ਚੰਗਾ ਚੜ ਜਾ ਸੇਤੀ ਕਰ ਨਾਲੇ ਬੱਸ ਤੇ ਨਾ ਆਇਆ ਕਰੋ ਜਵਾਕ ਜੇ ਹੈਗੇ ਉਹ ਪਹਿਲੀ ਆਇਓ ਬਈ ਆਇਓ ਚੱਲੀਆ ਕੋਟ ਸਿੰਘ ਬੋਹਾ ਬਰਨਾਲਾ ਕੱਬੇ ਕਮਾਲੂ ਓ ਰਾਮਪਰਾ 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 ਓਏ ਆਜੋ ਅੱਜ ਕੀ ਕਾਲ ਪਏਗਾ ਸਵਾਰੀਆਂ ਇੰਨੀਆਂ ਘੱਟ ਕਿਵੇਂ ਲਾਦਾ ਚੰਗਾ ਮੱਥਾ ਮੁੱਥਾ ਨਹੀਂ ਟੇਕਿਆ ਦੜਕੇ ਓ ਰਾਮਪਰਾ 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 ਚੱਲੀਆ ਛੇਤੀ ਬਈ ਆਜੋ ਸੀਟ ਤੇ ਬਹਿ ਜਾਾਂਗੇ ਚੜ ਜਾਓ ਭੱਜ ਕੇ ਜਾਓ ਫਰੀ ਵਾਲੀ ਹੁੰਦਾ ਭੱਜੋ चलिया ना पीआरटीसी जिया प्राइवेट काम ठप ही करे पा पठे ही बह गया जमी हूं दस असि भी किधर नू जाइए हाथों का भी जगाड़मेंट करना आंदा ना मिले चलते मेरे वाली ने फोन किया पता नहीं किधर मर गई अज बजाली खड़ जाने लै बी एक दो सवारियां हो जाना बस टाइम पास जा हो जू आ ਚਲ ਬਈ ਚੱਲ 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 ਓਏ ਆਇਓ ਆਇਓ ਛੇਤੀ ਚੱਲਿਆ ਨੌਨ ਸਟਾਪ ਨੌਨ ਸਟਾਪ ਚੱਲ ਦੋ ਮਿੰਟ ਰਹਿ ਗਏ ਫਿਰ ਗੱਡੀ ਆ ਜੂ ਉਹ ਪਤਾ ਮੈਨੂੰ ਵੀ ਮਿੰਟ ਦੋ ਰਹਿ ਗਏ ਸਵਾਰੀਆਂ ਵੀ ਦੋ ਚੜੀਆਂ ਮੜੀਆਂ ਦੋ ਚਾਰ ਹੋਰ ਚੜ ਲੈਣ ਦੇ ਓਏ ਹੱਥ ਦਾ ਵੀ ਜਗਾੜਮੈਂਟ ਕਰਨਾ ਸਮਝਿਆ ਕਰ ਮੈਂ ਭਾਈ ਤੋੜ ਲਾ ਹੁਣ ਹੋ ਸਕਦਾ ਹੈ ਹੁਣੀ ਚੱਲੀ ਹੈਗੀ ਉਹ ਤੋੜ ਦਿਆਂ ਮਾਤਾ ਕਿਉਂ ਟੈਨਸ਼ਨ ਲੈਂਦੀ ਆ ਸਭ ਕੰਮ ਕਰਨੇ ਜਾ ਕੇ ਬੁੱਧਵਾ ਕਰਕੇ ਵਿਆਹ ਤੇ ਵਿੱਚ ਓਹੋ ਉਹ 2 ਮਿੰਟ ਖੜ ਜਾ ਉਹ ਚੱਲਦੇ ਆ 2 ਮਿੰਟ ਆਉਂਦੇ ਹੈ ਉਹ ਰਾਮਪਰਾ ਬਰਨਾਲਾ 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 ਉਹ ਕੁੜੀਆਂ ਤੂੰ ਸੁਨੇਹਾ ਆਇਆ ਕਰ ਨਾ ਸੌਰੀ ਲੇਟ ਹੋ ਗਈ ਸੀ ਤਿਆਰ ਹੋਣ ਲੱਗ ਗਈ ਸੀ ਛੇਤੀ ਹੋ ਜਾ ਕਰ ਤਿਆਰ ਮੈਂ ਤੋੜ ਲਾ ਭਾਈ ਮੇਰੀ ਗਾਹਾਂ ਕੁੜੀ ਡਿੱਕੀ ਆਂਦੀ ਆ ਉਹ ਬੱਸ ਮਾਤਾ ਤਾਂ ਗਈ ਬਸ ਸਮਝ ਲੈ ਉਹ ਚਾ ਵੀ ਚੱਲ ਡਰਾਈਵਰਾ ਕਰੀ ਸਟਾਰਟ ਯਾਰ ਉਹ ਆ ਬੱਬਾ ਕਿੱਥੇ ਆਣਾ ਮੈਂ ਤੇਰੀ ਬੱਸ ਚ ਚੜਨਾ ਦਵਾਈ ਵੇਚਣੀ ਅੱਖਾਂ ਦਾ ਸੁਰਮਾ ਵੇਚਣਾ ਅੱਛਾ ਤੇ ਸਾਡੀ ਦਵਾਈ ਸੋਡੀ ਦਵਾਈ ਭਾ 4 ਰੁਪਏ ਬੱਟ ਲਈਏ ਫਿਰ ਦੇ ਦਾਂਗੇ ਛੇਤੀ ਕਰ ਮੜਾ ਟਾਈਮ ਹੋਇਆ ਪਿਆ ਲੇਟ ਹੋ ਜਾਣਾ ਬਸ ਦਵਾਈ ਨਾ ਭੁੱਲ ਜੀ ਮੇਰੀ ਮੈਂ ਕਿਹਾ ਦਵਾਈ ਤੈਨੂੰ ਦੇ ਕੇ ਜਾਉਂ ਹਾਂ ਯਾਦ ਰੱਖਿਆ ਕਰ ਚਲੋ ਵੀ ਚਲੋ 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 ਆਇਓ ਆਇਓ ਚੱਲੀਏ ਬੱਸ ਵਿੱਚ ਬੈਠੇ ਮੇਰੇ ਵੀਰ ਭਰਾ ਛੋਟੇ ਵੱਡੇ ਭੈਣ ਭਰਾ ਸਿਆਣੀਆਂ ਗੱਲਾਂ ਕਰ ਰਹੇ ਹੋ ਬੜੀਆਂ ਸਿਆਣੀਆਂ ਤੇ ਸੂਝਵਾਨ ਗੱਲਾਂ ਕਰਦੇ ਕਰਦੇ ਆਪਣੀਆਂ ਸਿਆਣੀਆਂ ਗੱਲਾਂ ਨੂੰ ਛੱਡ ਕੇ ਇੱਕ ਮੇਰੀ ਵੀ ਗੱਲ ਸੁਣ ਜਾਓ ਮੇਰਾ ਨਾਂ ਹੈ ਡਾਕਟਰਾਂ 'ਚੋਂ ਡਾਕਟਰ ਦੇਵੀ ਦਿਆਲ ਪੱਕਾ ਤਜਰਬੇਦਾਰ ਪੱਕਾ ਹੀ ਬੇਕਾਰ ਆ ਭੈਣੋ ਤੇ ਭਾਈਓ ਸਕੀਓ ਭਰਜਾਈਓ ਮੈਂ ਇੱਕ ਅੱਖਾਂ ਵਾਸਤੇ ਦਵਾ ਤਿਆਰ ਕੀਤੀ ਆ ਇਹ ਦਵਾ ਤੁਸੀਂ ਆਪਣੇ ਘਰ ਵੀ ਬਣਾ ਸਕਦੇ ਹੋ ਆ ਲਓ ਵੇਖੋ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਂਦੀਆਂ ਨਿੰਮ ਦੇ ਪੱਤੇ ਤੇ ਅੱਖਾਂ ਦੀਆਂ ਡੋਡੀਆਂ ਜਿਹੜਾ ਬੰਦਾ ਪਾ ਲੂ ਲਵਾ ਦੂਗੀ ਗੋਡੀਆਂ ਡਿੱਗਦਿਆਂ ਸਾਰੇ ਗੋਡੇ ਤੁਹਾਡੇ ਫੁੱਟਣੇ ਜਦੋਂ ਚੱਲ ਪਿਆ ਖੂਨ ਫਿਰ ਸਾਰੇ ਦੰਦ ਘੁੱਟਣੇ ਇਹਦੇ ਨਾਲ ਹੀ ਇੱਕ ਹੋਰ ਨੁਕਸਾ ਹੈ ਐਰਾਸੀਨ ਦੀ ਗੋਲੀ ਹੈ ਨਵਲਜੀਨ ਦੀ ਗੋਲੀ ਹੈ ਇਹ ਸਿਰ ਦੁਖਦੇ ਦੀ ਗੋਲੀ ਹੈ ਟੱਟੀ ਕਰਦੇ ਨੂੰ ਪਿਸ਼ਾਬ ਆਉਂਦਾ ਹੋਵੇ ਖੰਘਦੇ ਨੂੰ ਪੱਦ ਆਉਂਦੇ ਹੋਣ ਇੱਕ ਗੋਲੀ ਸਵੇਰੇ ਲੈ ਲੈਣੀ ਇੱਕ ਸ਼ਾਮ ਨੂੰ ਲੈ ਲੈਣੀ ਛੋਟੇ ਕੱਦ ਦਾ ਬਹੁਤ ਫਾਇਦਾ ਕਰਦੀ ਹੈ ਛੋਟਾ ਕੱਦ ਅਤੇ ਫਾਇਦਾ ਵੱਧ ਲਓ ਜੀ ਇਸ ਸੀਸੀ ਦਾ ਰੇਟ 10 ਰੁਪਈਏ ਭੈਣ ਜੀ 10 ਰੁਪਈਏ ਆਇਆ ਭੈਣ ਜੀ ਆ ਲਓ ਭੈਣ ਜੀ ਪਾ ਕੇ ਦੇਖੋ ਇੱਕ ਸਲਾਈ
ਤੁਹਾਡੀ ਐਨਕ ਲਾਤੀ ਸਮਝੋ ਐਨਕ ਲਾਉਣ ਵਾਲੇ ਐਡੀ ਡਿਗਰੀ ਕਰਕੇ ਡਾਕਟਰ ਬੈਠੇ ਨੇਗੇ ਉਹ ਤੁਸੀਂ ਭੈਣ ਜੀ ਜਮਾਕ ਤਾਂ ਦੇਖੋ ਇਹ ਸਲਾਈ ਪਾ ਕੇ ਤਾਂ ਦੇਖੋ ਤੁਸੀਂ ਤਾਂ ਐਨਕ ਪਾਸੇ ਲਾ ਕੇ ਰੱਖ ਦੋਗੇ ਅਸੀਂ ਹਜ਼ਾਰਾਂ ਐਨਕਾਂ ਲਹਾ ਕੇ ਰੱਖਤੀਆਂ ਜਾਣਦੀਆਂ ਤੁਹਾਡੇ ਵਰਗਿਆਂ ਨੂੰ ਅੰਨੇ ਕਰਕੇ ਇੱਥੇ ਪਾ ਕੇ ਸੁਰਮਾ ਲੁੱਟ ਲੈਂਦੇ ਆ ਉਹ ਨਹੀਂ ਭੈਣ ਜੀ 40 ਸਾਲ ਹੋ ਗਏ ਸਾਡਾ ਤਜਰਬਾ ਹੈ ਉਹ ਸਾਹਮਣੇ ਸਾਡੀ ਦੁਕਾਨ ਹੈ ਜਿਹੜਾ ਕੋਈ ਸੀਸੀ ਲੈ ਗਿਆ ਜੇ ਕਿਸੇ ਦਾ ਫਾਇਦਾ ਨਹੀਂ ਕੀਤਾ ਤਾਂ ਉਹ ਸੀਸੀ ਦਿਖਾ ਕੇ ਡਰੈਸ ਲੱਗਿਆ ਉਹ ਤੇ ਸੀਸੀ ਦਿਖਾ ਕੇ ਉਹਦੇ ਪੈਸੇ ਵਾਪਸ ਲਿਜਾ ਸਕਦਾ ਚੱਲ ਲਗਾਵਾਂਗਾ ਚੱਲ ਆ ਲਓ ਜੀ 10 ਰੁਪਏ 10 ਰੁਪਏ 10 ਰੁਪਏ दस रुपए आ लो भैन जी 10 रुपए भैन दवाई गारंटी नाल ना 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 साढ़ा 40 साल का तजर्बा वह सामने साड़ी दुकान है जेकर थोड़ी अखा ना फायदा किया तो साड़ी दुकान से वापस कर जो सीसी ते आपदे पैसे ला जायो देख ला फिर दे जे फिर लो आ लो आ लो आ लो हाँ भाई साड़ी दवाई किधर चुपचाप जे लंघे जाना वो चुपचाप की लंघे जाना भरी बस दे विच सीसी दा एक भी किया ओही 10 रुपए तैनू दे देया कल नू ना जड़ी मेरी गल सुन ला चल जदों कल आऊ गल ना देखांगे ला फिर तेरी नहीं बनी दिहाड़ी मैनू बनाउणी पऊ अरे गड़बड़े यात्रा गोलिया अरे गड़बड़े यात्रा गोलिया जवाक भी पालने की करिए होर की करिए चल भी चल लेट होगी चल अच्छा रामपरा 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 ਕੈਂਚੀਆਂ ਤਾਮਕੋਟ ਬੁਰਜ ਬਾ ਹੋਟਲ ਵਾਲੇ ਪੀਰਕੋਟ ਸੂਚ ਡਿੱਕ ਟੱਡੇ ਮੰਡੀ ਗਲਾ ਰਾਮਪੁਰ ਓ ਚੱਲ ਵੀ ਚੱਲ 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 आयो 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 चलो 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 भाई छेती छेती चल चल चलो भाई तो मेरी गल सुन जगे गए घर को कढ़ा लेंगे क्या लस्सी लेके चलेंगे आया आया चल चलो खिंच दे हूँ मड़ी बस इधर बोटल मगरनी कोई गल नहीं उतर जाएंगे चल जनाब चल ठीक है चढ़ जाओ हो जा Oops.
वाटर लगा दी माता ला। हाँ भाई डायरेक्टर। अच्छा मूरे कटाऊ। हाँ भाई पूरे कटाऊगा। हाँ भाई डायरेक्टर कटो डायरेक्टर। अब ये हाफ काट दो। हाफ का दी मेरी त्या हाँ जवाब कड़ी दी ये दिक्कत टिकट लगूगी मैं तुझे ही बड़ा डायरेक्टर की था जाने। हाँ जी ना भाई बड़ा है मैं जनाब टिकट कटाउनी पऊ तेरी मैं टिकट ना कटदा दुनिया तो टिकट शर्म शर्म है माड़ी मोटी पंजाब च रहने मंदिर च रह के मगरमच्छ ना पैर पाने गड्डी पाईए मुलाजम असि मुलाजम नहीं कर जवाक पालने यार हूं टिकट कटाईए असि टिकट ओनू कटाउनी पऊ नहीं बस नहीं जाती। अच्छा गल सुन लो पानी काका पोला हेट दी बगू अज तक टिकट कट दो पर हिसाब ला लियो चलान मैं भी थोड़ा कटू टिकट तो 20-30 रुपया दी है ते चलान है जा पाऊं बस थोड़ी बाउंड करा दूं मैं ओ कुछ मर्जी हो जाए चाहे पानी उत्तों दी लंगे चाहे थल्लों दी टिकट ओडी कटाउनी पऊ चल कट टिकट किथे जाना चुप करके पहला मेरी गल सुन ले अंदर जाके छड़ तो माफी मांग ली जनाब गलती होगी जे साडी बेइज्जती होगी ना जनाब कि माता मेरी गल सुन ये घोड़े वाली बस नहीं है अजी तो आप ठेका भरदे कितों को लेके जे भाई मैनू नहीं पता मैं टिकट नहीं कटाऊंगी माता सरकारी बस नहीं है मेरी गल सुन ला पहला तू नहीं बंद कर ला भाई छड़ते
आयो भाई।
ਚੱਲ 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 ਓਹੋ ਅੱਜ ਲੇਟ ਕਿਵੇਂ ਹੋ ਗਏ ਇੰਨਾ ਟਾਈਮ ਹੋ ਗਿਆ ਹਾਏ ਓਏ ਤੇ ਕੋਈ ਤੋੜ ਲਾ ਹੁਣਾ ਉਹ ਤੋੜਦਾ ਮਾਦਾ ਤੂੰ ਕਿਹੜਾ ਤੂੰ ਪੈਸੇ ਦੇਣੇ ਆ ਜੇ ਪੈਸੇ ਨਹੀਂ ਦੇਣੇ ਫਿਰ ਇੱਥੇ ਖੜਨਾਗਾ ਉਹ ਕੋਈ ਨਾ ਮਾਦਾ ਸਵਾਰੀ ਆਉਂਦੀ ਆ ਲੈ ਕੇ ਚੱਲਦੇ ਆ ਬਾਇਆ ਬਾਇਆ ਬੱਚ ਬੱਚ ਦੋ ਕਦੀ ਲਿਆ ਸਵਾਰੀ ਨੂੰ ਜਾ ਕੇ ਉਹ ਮੈਨੂੰ ਘਰ ਨਹੀਂ ਪਤਾ ਨਹੀਂ ਲੈ ਆਉਂਦੇ ਚਲੋ ਚਲੋ ਕਿਹੜਾ ਚੜੋ ਚੜੋ ਉਹ ਤੋੜਦੇ ਆ ਗਾਂ ਤੂੰ ਡੀਸੀ ਲੱਗਣਾ ਪੜ ਕੇ ਚੱਲਦੇ ਚੱਲਦੇ ਕਿਹੜਾ ਤਾਂ ਚੜ ਚੱਲਦੇ ਚੱਲਦੇ ਹੈਲੋ ਉਹ ਤੁਹਾਡਾ ਕਨੈਕਟਰ ਲੱਗ ਗਿਆ ਸੀ ਕਾਲਜ ਚ ਲੱਗੇ ਪੜ ਕੇ ਕਿਤੇ ਖੇਲੇ ਲੱਗਣਾ ਉਹ ਕੋਈ ਨਾ ਚੱਲਦੇ ਆ ਚੱਲਦੇ ਆਪਾਂ ਚੱਲਦੇ ਚੱਲਦੇ ਕੀ ਯਾਰ ਇੰਨਾ ਟਾਈਮ ਹੋ ਗਿਆ ਲੇਟ ਹੋਈ ਨਾ ਉਹ ਤੂੰ ਬਸ ਤੁਰੂ ਕੀ ਨਾ ਉਹ ਤੁਰੂ ਕੀ ਬੈਠੋ 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 ਬੈਠ ਸਦੀਆਂ ਲਾਤੀਆਂ ਆ ਤੋੜਦੇ ਆ ਖੜ ਜਾ ਯਾਰ ਕਿਉਂ ਗਾਲੀ ਕਰਦੇ ਬੈਠੋ ਆਗੇ ਤੁਸੀਂ ਚਲੋ ਚਲੋ ਬੈਠੋ ਇੱਕ ਸਵਾਰੀ ਪਿੱਛੇ ਅੱਛਾ ਤੁਸੀਂ ਇਹ ਪਿੰਡ ਦੇ ਆਉਂਦੇ ਹੋ ਕਿਹੜੇ ਕਾਲਜ ਚ ਪੜ੍ਹਦੇ ਹੋ ਓਕੇ ਠੀਕ ਹੈ ਪਰ ਤੁਸੀਂ 10 ਰੁਪਏ ਛੱਡੋ ਆ ਬਕਾਇਆ ਆਪਣਾ ਚੈੱਕ ਕਰ ਲਿਓ ਚਲੋ ਵੀ ਹੋਰ ਵੀ ਟਿਕਟ ਤੋਂ ਬਗੈਰ ਕੋਈ ਹੋਏ ਉਹ ਮੇਰੀ ਗਾਤਾ ਸ ਕੀ ਗੱਲ ਓਏ ਤੂੰ ਨੰਬਰ ਦਿੰਦਾ ਕੁੜੀ ਨੂੰ ਹੈ ਕੋਲ ਗੱਲ ਸੁਣੋ ਬਾਈ ਬਾਈ ਕਾਦੀ ਗੱਲ ਸੁਣਦੇ ਰਹੀ ਸੀ ਤੂੰ ਕੁੜੀ ਨੂੰ ਨੰਬਰ ਕਿਉਂ ਫੜਾਇਆ ਓਏ ਓ ਯਾਰ ਮੈਂ ਕਾ ਨੰਬਰ ਫੜਾਇਆ ਉਹੀ ਮਰ ਉਹ ਕੌਣ ਕਹਿੰਦਾ ਯਾਰ ਨੰਬਰ ਫੜਾਇਆ ਲੈ ਯਾਰ ਨੰਬਰ ਫੜਾਇਆ ਤੂੰ ਕੁੜੀ ਨੂੰ ਤੂੰ ਬਕਵਾਸ ਕਰਦਾ ਯਾਰ ਓਏ ਨਹੀਂ ਫੜਾਇਆ ਯਾਰ ਓਏ ਤੇਰੇ ਕਰ ਭਾਣ ਨਹੀਂ ਹੈਗੀ ਓਏ ਮਾਤਾ ਕੀ ਬੋਲੀ ਨਹੀਂ ਹੈ ਤੂੰ ਫਿਰ ਸਹੀ ਗੱਲ ਹੈ ਤੂੰ ਨੰਬਰ ਕਿਉਂ ਫੜਾਇਆ ਓਏ ਓ ਨਹੀਂ ਫੜਾਇਆ ਬਾਈ ਮੈਂ ਕਹਾ ਕਈ ਵਾਰੀ ਲੇਟ ਫੇਟ ਹੋ ਜਾਂਦਾ ਆਪਾਂ ਕੱਟ ਦਾਂਗੇ ਟਿਕਟ ਚੁੱਪ ਕਰ ਜਾ ਕਾਨੂੰਨ ਨੂੰ ਆਪਦੇ ਹੱਥ ਚ ਨਾ ਲਓ ਅਸੀਂ ਆਪੇ ਨਿਪਟ ਲਾਂਗੇ ਜਨਾਬ ਹੁਣ ਨੀ ਕੱਢਦਾ ਕਦੇ ਵੀ ਚਲੋ ਆ ਜਾਓ ਆਪਾਂ ਵੀ ਚੱਲੀਏ
ਆਇਓ ਆਪਾਂ ਵੀ ਤੂੰ ਚੱਲ ਠਾਣੇ ਉਹ ਜਨਾਬ ਇੱਕ ਮਿੰਟ ਮੇਰੀ ਗੱਲ ਸੁਣ ਲਓ ਇੱਕ ਗੱਲ ਰਹਿ ਗਈ ਮੇਰੀ ਇੱਕ ਸੁਣ ਕਿਹੜੀ ਗੱਲ ਰਹਿ ਗਈ ਹੁਣ ਮੜਾ ਛੱਡਿਓ ਗਲਾ ਮੜਾ 2 ਮਿੰਟ ਕਰ ਦੇ 2 ਬਟਨ ਲਾਣਾ ਮੈਂ ਹੁਣ ਵਧੀਆ ਆ ਰਿਹਾ ਮੈਂ ਬਾਈ ਮੇਰੀ ਗੱਲ ਸੁਣ ਲਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਨਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਉਹਨਾਂ ਜਰ ਮੈਂ ਰਾਜ ਨੂੰ ਇੱਕ ਮਿੰਟ ਇਹ ਵੀਡੀਓ ਬਈ ਐਂਟਰਟੇਨਮੈਂਟ ਲਈ ਹੁੰਦੀ ਆ ਤੇ ਬਸ ਤੁਸੀਂ ਐਂਟਰਟੇਨਮੈਂਟ ਤੇ ਕੀ ਦੇਖੋ ਸੀਮਤ ਰੱਖੋ ਤੇ ਬਾਕੀ ਦੂਜੀ ਗੱਲ ਗਲਤੀ ਮਲਤੀ ਮਾਫ ਤੁਹਾਡਾ ਭਰਾ ਆਪਣਾ ਛੋਟਾ ਸਮਝ ਕੇ ਮਾਫ ਕਰ ਦਿਓ ਚੰਗਾ ਜੀ ਐਂ ਗੱਲ ਦਾ ਸਰ ਚੱਲੀ ਠਾਣੇ ਚਲੋ ਚਿਪਣਾ ਵਾ ਤੇਰੀ ਵੀਡੀਓ ਸੀਟੀ ਮੇਰੇ ਕੋਲੇ ਤੇ ਚਲੋ ਜੀ ਚੱਲ ਬਈ ਆ